ਦਿਨ ਦਿਹਾੜੇ ਤਿੰਨ ਲੁਟੇਰਿਆਂ ਦੇ ਵੱਲੋਂ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਚੱਲ ਰਹੀ ਸੀ ਤਾਂ ਨਕਾਬਪੋਸ਼ ਲੁਟੇਰੇ ਜੋ ਬਾਈਕ 'ਤੇ ਸਵਾਰ ਹੋ ਕੇ ਆਏ, ਪਿਸਤੌਲ ਉਹਨਾਂ ਦੇ ਕੋਲ ਸੀ, ਇੱਕਦਮ ਬੈਂਕ ਦੇ ਵਿੱਚ ਵੜੇ ਔਰ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ ਗਿਆ। ਲੁੱਟ ਮੌਕੇ ਗਨਮੈਨ ਦੇ ਨਾਲ ਹੱਥੋਂ ਪਾਈ ਹੋਈ ਔਰ ਉਸ ਤੋਂ ਬਾਅਦ ਸਿੱਧਾ ਕਾਊਂਟਰ 'ਤੇ ਜਾ ਕੇ ਇਹਨਾਂ ਨੇ 15 ਲੱਖ ਰੁਪਏ ਲਏ ਔਰ ਮੌਕੇ ਤੋਂ ਫਰਾਰ ਹੋ ਗਏ। ਔਰ ਹੱਥੋਂ ਪਾਈ ਮੌਕੇ ਇਹਨਾਂ ਨੇ ਗਨਮੈਨ ਦੀ ਬੰਦੂਕ ਵੀ ਖੋਹ ਲਈ ਔਰ ਜਾਂਦੇ ਜਾਂਦੇ ਉਸਨੂੰ ਸੁੱਟ ਵੀ ਗਏ। ਇਹਨਾਂ ਦੇ ਭੱਜਦਿਆਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਸੋ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਿਖਰ ਦੁਪਹਿਰੇ 3 ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ। ਬੈਂਕ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ 'ਤੇ ਆਏ ਸੀ, ਬੈਂਕ ਦੇ ਬਾਹਰ ਬਾਈਕ ਖੜਾ ਕੀਤਾ, ਅੰਦਰੋਂ 15 ਲੱਖ ਲੁੱਟ ਕੇ ਬਾਈਕ 'ਤੇ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਗਨਮੈਨ ਉਹਨਾਂ ਦੇ ਪਿੱਛੇ ਵੀ ਭੱਜ ਰਿਹਾ ਤਾਂ ਬੰਦੂਕ ਆ ਜਿਹੜੀ ਪਹਿਲਾਂ ਖੋਹ ਕੇ ਲੈ ਗਏ, ਫਿਰ ਰਸਤੇ ਦੇ ਵਿੱਚ ਬੰਦੂਕ ਨੂੰ ਸੁੱਟ ਦਿੱਤਾ ਔਰ ਗਨਮੈਨ ਚੱਕਦਾ ਹੋਇਆ ਨਜ਼ਰ ਆ ਰਿਹਾ। ਇਹਨੇ ਨੂੰ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਇੱਕਦਮ ਉਹਨਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਸਿਖਰ ਦੁਪਹਿਰੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ, ਡਾਕਾ ਮਾਰਿਆ ਗਿਆ, 15 ਲੱਖ ਲੁੱਟੇ ਗਏ। ਗਨਮੈਨ ਦੇ ਨਾਲ ਹੱਥੋਂ ਪਾਈ ਕੀਤੀ ਗਈ, ਪਹਿਲਾਂ ਉਸਦੀ ਬੰਦੂਕ ਖੋਹ ਲਈ, ਇਸ ਮੌਕੇ ਫਾਇਰ ਵੀ ਕੀਤੇ ਜਿਸ ਤੋਂ ਬਾਅਦ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਜਦੋਂ ਤੱਕ ਉਹਨਾਂ ਨੂੰ ਫੜਦੇ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਤਾਂ ਦੱਸਦੇ ਕਿ ਛੁੱਟੀ ਤੋਂ ਬਾਅਦ ਬੈਂਕ ਖੁੱਲ੍ਹੀ ਸੀ, ਪੈਸਾ ਵੀ ਇੱਥੇ ਕਾਫੀ ਸੀ, ਤਾਂ ਮੂੰਹ ਲਪੇਟ ਕੇ ਇਹ ਲੁਟੇਰੇ ਇੱਥੇ ਆਏ ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ, ਉਸ ਤੋਂ ਬਾਅਦ ਗਨਮੈਨ ਦੇ ਨਾਲ ਹੱਥੋਂ ਪਾਈ ਕੀਤੀ। ਇਸ ਲੁੱਟ ਮੌਕੇ 15 ਲੱਖ ਰੁਪਇਆ ਲੈ ਕੇ ਫਰਾਰ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਤਾਂ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ। ਸਿਖਰ ਦੁਪਹਿਰੇ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, 15 ਲੱਖ ਰੁਪਏ ਲੁੱਟ ਕੇ ਇੱਥੋਂ ਫਰਾਰ ਹੋਏ ਨੇ। ਦਿਨ ਦਿਹਾੜੇ 3 ਲੁਟੇਰਿਆਂ ਦੇ ਵੱਲੋਂ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਚੱਲ ਰਹੀ ਸੀ ਤਾਂ ਨਕਾਬਪੋਸ਼ ਲੁਟੇਰੇ ਜੋ ਬਾਈਕ 'ਤੇ ਸਵਾਰ ਹੋ ਕੇ ਆਏ, ਪਿਸਤੌਲ ਉਹਨਾਂ ਦੇ ਕੋਲ ਸੀ, ਇੱਕਦਮ ਬੈਂਕ ਦੇ ਵਿੱਚ ਵੜੇ ਔਰ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ ਗਿਆ। ਲੁੱਟ ਮੌਕੇ ਗਨਮੈਨ ਦੇ ਨਾਲ ਹੱਥੋਂ ਪਾਈ ਹੋਈ ਔਰ ਉਸ ਤੋਂ ਬਾਅਦ ਸਿੱਧਾ ਕਾਊਂਟਰ 'ਤੇ ਜਾ ਕੇ ਇਹਨਾਂ ਨੇ 15 ਲੱਖ ਰੁਪਏ ਲਏ ਔਰ ਮੌਕੇ ਤੋਂ ਫਰਾਰ ਹੋ ਗਏ। ਔਰ ਹੱਥੋਂ ਪਾਈ ਮੌਕੇ ਇਹਨਾਂ ਨੇ ਗਨਮੈਨ ਦੀ ਬੰਦੂਕ ਵੀ ਖੋਹ ਲਈ ਔਰ ਜਾਂਦੇ ਜਾਂਦੇ ਉਸਨੂੰ ਸੁੱਟ ਵੀ ਗਏ। ਇਹਨਾਂ ਦੇ ਭੱਜਦਿਆਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਸੋ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਿਖਰ ਦੁਪਹਿਰੇ 3 ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ। ਬੈਂਕ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ 'ਤੇ ਆਏ ਸੀ, ਬੈਂਕ ਦੇ ਬਾਹਰ ਬਾਈਕ ਖੜਾ ਕੀਤਾ, ਅੰਦਰੋਂ 15 ਲੱਖ ਲੁੱਟ ਕੇ ਬਾਈਕ 'ਤੇ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਗਨਮੈਨ ਉਹਨਾਂ ਦੇ ਪਿੱਛੇ ਵੀ ਭੱਜ ਰਿਹਾ ਤਾਂ ਬੰਦੂਕ ਆ ਜਿਹੜੀ ਪਹਿਲਾਂ ਖੋਹ ਕੇ ਲੈ ਗਏ, ਫਿਰ ਰਸਤੇ ਦੇ ਵਿੱਚ ਬੰਦੂਕ ਨੂੰ ਸੁੱਟ ਦਿੱਤਾ ਔਰ ਗਨਮੈਨ ਚੱਕਦਾ ਹੋਇਆ ਨਜ਼ਰ ਆ ਰਿਹਾ। ਇਹਨੇ ਨੂੰ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਇੱਕਦਮ ਉਹਨਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਸਿਖਰ ਦੁਪਹਿਰੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ, ਡਾਕਾ ਮਾਰਿਆ ਗਿਆ, 15 ਲੱਖ ਲੁੱਟੇ ਗਏ।
ਗਨਮੈਨ ਦੇ ਨਾਲ ਹੱਥੋਪਾਈ ਕੀਤੀ ਗਈ। ਪਹਿਲਾਂ ਉਸ ਦੀ ਬੰਦੂਕ ਖੋਹ ਲਈ, ਇਸ ਮੌਕੇ ਫਾਇਰ ਵੀ ਕੀਤੇ, ਜਿਸ ਤੋਂ ਬਾਅਦ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਜਦੋਂ ਤੱਕ ਉਹਨਾਂ ਨੂੰ ਫੜਦੇ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਤਾਂ ਦੱਸਦੇ ਕਿ ਛੁੱਟੀ ਤੋਂ ਬਾਅਦ ਬੈਂਕ ਖੁੱਲ੍ਹੀ ਸੀ, ਪੈਸਾ ਵੀ ਇੱਥੇ ਕਾਫੀ ਸੀ, ਤਾਂ ਮੂੰਹ ਲਪੇਟ ਕੇ ਇਹ ਲੁਟੇਰੇ ਇੱਥੇ ਆਏ, ਜਿਨ੍ਹਾਂ ਨੇ ਪਿਸਤੌਲ ਦੀ ਲੋਕ 'ਤੇ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ। ਉਸ ਤੋਂ ਬਾਅਦ ਗਨਮੈਨ ਦੇ ਨਾਲ ਹੱਥੋਪਾਈ ਕੀਤੀ। ਇਸ ਲੁੱਟ ਮੌਕੇ 15 ਲੱਖ ਰੁਪਇਆ ਲੈ ਕੇ ਫਰਾਰ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ, ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਤਾਂ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ। ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਿਖਰ ਦੁਪਹਿਰੇ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਸੀ, ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ। 15 ਲੱਖ ਰੁਪਏ ਲੁੱਟ ਕੇ ਇੱਥੋਂ ਫਰਾਰ ਹੋਏ ਨੇ। ਹਾਂਜੀ, ਉਹਨਾਂ ਇੱਕ ਬੰਦਾ ਅਕਾਊਂਟ ਖੁਲਾਉਣਾ ਸੀ, ਮੈਂ ਸ਼ਾਇਦ ਹੋ ਸਕਦਾ ਵੀ ਉਹਦੇ ਨਾਲ ਆਇਆ ਹੋਵੇ। ਉਹਨੂੰ ਕਿਹਾ ਵੀ ਇੱਦਾਂ ਕਰਕੇ ਬਾਈ ਆਪਣੇ ਮੂੰਹ ਖੋਲ, ਅਤੇ ਉਹ ਨਾ ਆਏ, ਸਮਝੇ ਨਹੀਂ ਹੈਗਾ ਚੀਜ਼ ਨੂੰ। ਫਿਰ ਮੈਂ ਉਹਨੂੰ 2-3 ਵਾਰ ਕਿਹਾ। ਕਿੰਨੇ ਵਜੇ ਦੀ ਗੱਲ ਸੀ, ਟਾਈਮ ਸਮਾਂ ਕਿੰਨੇ ਵਜੇ? 2:30 ਦੇ ਆਸ ਪਾਸ ਸੀ। ਕੈਮਰੇ ਲੱਗੇ ਉਹਨੇ ਵੀ, ਮੇਰੀ ਵੀ ਨੌਕਰੀ ਦਾ ਸਵਾਲ ਵੀ ਤੂੰ। ਫਿਰ ਜਦ ਨੂੰ ਉਹਨੇ ਰਵਾਲ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ। ਫਿਰ ਆਸ ਵਿੱਚ ਅਸੀਂ ਲੜਦੇ ਕਾਫੀ ਗੁੱਥਮ ਗੁੱਥੀ ਹੋ ਗਏ। ਉਹਨੇ ਫਿਰ ਪੈਰਾਂ 'ਚ ਮਾਰਿਆ ਜੀ ਫਾਇਰ। ਫਿਰ ਮੈਨੂੰ ਗੰਨ ਛੱਡਣੀ ਪੈ ਗਈ ਜੀ। ਇਸ ਚੀਜ਼ ਲੈ ਗਏ ਸੀ ਬਾਹਰ ਤੱਕ। ਤੇ ਹਾਂਜੀ, ਫਿਰ ਬਾਹਰੋਂ ਗੰਨ ਚੱਕੀ ਮੈਂ, ਫਿਰ ਉਹਨਾਂ ਨੇ ਫਾਇਰ ਕਰਿਆ ਜੀ। ਜਦ ਤਾਂ ਲੰਘ ਚੁੱਕੀ ਜੀ। ਬਸ 3 ਮਿੰਟ ਦੇ ਵਿੱਚ, 2.5-3 ਮਿੰਟ ਦੇ ਵਿੱਚ ਅੰਦਰੋਂ ਕਾਊਂਟਰ 'ਚ ਕੱਢ ਕੇ ਲੈ ਗਏ ਨੇ। ਫਾਇਰ ਕਿੰਨੇ ਕੀਤੇ ਸਰ? ਇੱਕ ਫਾਇਰ ਕਰਿਆ ਜੀ ਉਹਨਾਂ ਨੇ। ਕੋਈ ਜ਼ਿਆਦਾ ਨਹੀਂ ਇਹਨਾਂ ਨੇ, ਬਸ ਗਲੀ ਗਲੋਚ ਮਾੜੀ ਮੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਅਲਾਰਮ ਚੱਲ ਰਹੇ ਨਹੀਂ ਸਰ, ਨਹੀਂ ਕੁਛ ਨਹੀਂ ਬਜਾਏ। ਇੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ, ਵਿਲੇਜ ਬਗਲੀ ਕਲਾਂ, ਸਮਰਾਲਾ ਥਾਣੇ ਦੇ ਏਰੀਆ 'ਚ ਪੈਂਦਾ। ਇੱਥੇ ਸਾਨੂੰ 2:30 ਤੋਂ 2:45 ਦੇ ਕਰੀਬ ਇੰਸੀਡੈਂਟ ਰਿਪੋਰਟ ਹੋਇਆ ਸੀਗਾ। ਇੱਥੇ 3 ਫੇਸ ਕਵਰਡ ਮੁੰਡੇ ਆਏ ਆ ਇੱਕ ਬਾਈਕ 'ਤੇ, ਅਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ 'ਚ ਪਤਾ ਲੱਗਿਆ, ਵੈਪਨ ਸੀਗੇ ਅਤੇ ਇਹਨਾਂ ਨੇ ਗਨ ਪੁਆਇੰਟ 'ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ। ਅਤੇ ਬਾਅਦ 'ਚ ਸਾਨੂੰ ਬੈਂਕ ਦੇ ਜਿਹੜੇ ਆਫਿਸਰ ਉਹਨਾਂ ਨੇ ਦੱਸਿਆ ਕਿ ਅਰਾਊਂਡ 15 ਲੱਖ ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ। ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ 'ਚ ਪਤਾ ਲੱਗਿਆ ਕਿ ਉਹਨੇ ਥੋੜ੍ਹਾ ਬਹੁਤ ਸ਼ੁਰੂ 'ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਹਰ ਕੱਢਣ ਦੀ, ਫਿਰ ਉਹਦੇ ਜਿਹੜਾ ਰਾਈਫਲ ਉਹ ਵੀ ਖੋਲਿਆ ਸੀਗਾ ਵਨ ਆਫ ਦਾ ਅਕਿਊਜ਼ ਨੇ, ਔਰ ਇੱਕ ਹਵਾਈ ਫਾਇਰ ਵੀ ਕੀਤਾ ਜੋ ਇੱਥੇ ਮੌਕੇ 'ਤੇ ਪਤਾ ਲੱਗਿਆ। ਐਂਡ ਇਹ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ। ਅਤੇ ਹੁਣ ਅਸੀਂ ਜੀ ਸਾਰੇ ਦਾ ਮੌਕੇ 'ਤੇ ਆ ਕੇ ਸਪੋਟ ਵਿਜ਼ਿਟ ਕਰ ਰਹੇ, ਅਤੇ ਸਾਡੀ ਟੀਮਾਂ ਅਸੀਂ ਅੱਗੇ ਵੀ ਭੇਜ ਦਿੱਤੀਆਂ। ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦ ਤੋਂ ਜਲਦ ਇਹ ਫਿਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਈਏ ਅਤੇ ਉਹਨਾਂ ਦੀ ਰਿਕਵਰੀ ਕਰਾਈਏ। ਜੀ ਹਾਲੇ ਤੱਕ ਜੋ ਫੁਟੇਜ 'ਚ ਪਤਾ ਲੱਗਿਆ ਕੁਛ ਸਾਡੇ ਕੋਲ ਲੀਡਸ ਹੈਗੀਆਂ, ਅਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ, ਅਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ। ਮੈਂ ਇੱਥੇ, ਮੈਂ ਔਰ SPD ਮੌਕੇ 'ਤੇ ਆਏ ਸੀ, ਅਤੇ ਬਾਕੀ ਜੋ ਵੀ ਡਿਟੇਲਸ ਹੋਣਗੀ ਤੁਹਾਨੂੰ ਅਸੀਂ ਅਪਡੇਟ ਦੇ ਦੇਵਾਂਗੇ। ਇੱਕ ਫਾਇਰ ਹੋਇਆ ਜੀ, ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ ਹੈਗੇ, ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਆ
ਕੱਪੜੇ ਨਾਲ, ਬਟ ਇੱਕ ਫਾਇਰ ਵੀਡੀਓ 'ਚ ਨਜ਼ਰ ਵੀ ਆਉਂਦਾ, ਇੱਕ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ, ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ, ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਹੀ ਛੱਡ ਕੇ ਭੱਜ ਗਏ ਸੀ। ਮੋਟਰਸਾਈਕਲ ਪਤਾ ਲੱਗਿਆ ਕਿਹੜੇ ਮੋਟਰਸਾਈਕਲ ਤੇ? ਹਲੇ ਜੀ ਫੁਟੇਜ 'ਚ ਇੰਨਾ ਕਲੀਅਰ ਨਹੀਂ ਹੈ, ਬਟ ਬਾਈਕ ਤੇ, ਤਿੰਨੋਂ ਬਾਈਕ ਤੇ ਆਏ ਹੈ ਔਰ ਬਾਈਕ ਤੇ ਚਲੇ ਗਏ, ਇਹ ਪਤਾ ਲੱਗ ਰਿਹਾ। ਟੋਟਲ ਮੈਮ ਕਿੰਨੀ ਰਕਮ ਸੀ ਜਿਹੜੀ ਲੁੱਟੀ? ਅਮਾਊਂਟ ਜੋ ਜੀ ਬੈਂਕ ਤੇ ਆਫੀਸਰਸ ਨੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ।